ਇਹ ਕਦੇ ਕੋਰੋਨਾ ਵਾਇਰਸ ਮਹਾਮਾਰੀ ਦਾ ਕੇਂਦਰ ਸੀ, ਪਰ ਚੀਨ ਦੇ ਵੁਹਾਨ ਸ਼ਹਿਰ ਨੇ ਜ਼ੋਰਦਾਰ ਵਾਪਸੀ ਕੀਤੀ ਹੈ ਅਤੇ ਪਾਰਟੀ ਕਰ ਰਹੇ ਇਹਨਾਂ ਲੋਕਾਂ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ। ਇਹਨਾਂ ਲੋਕਾਂ ਨੇ ਕੋਈ ਮਾਸਕ ਨਹੀਂ ਲਗਾਇਆ। ਵੁਹਾਨ ਵਿੱਚ ਸਭ ਤੋਂ ਪਹਿਲਾਂ ਜਨਵਰੀ 'ਚ ਲੌਕਡਾਊਨ ਲਗਾਇਆ ਗਿਆ ਸੀ। ਇਸ ਨੂੰ ਅਪ੍ਰੈਲ ਵਿੱਚ ਹਟਾਇਆ ਗਿਆ ਅਤੇ ਅੱਧਾ ਮਈ ਲੰਘ ਜਾਣ ਤੱਕ ਮਹਾਮਾਰੀ 'ਤੇ ਕਾਬੂ ਪਾ ਲਿਆ ਗਿਆ। ਇੱਕ ਕਰੋੜ 10 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਹੁਣ ਜ਼ਿੰਦਗੀ ਆਮ ਹੋ ਰਹੀ ਹੈ। ਸ਼ਾਪਿੰਗ ਮਾਲ, ਬ੍ਰੇਕਫਾਸਟ ਸਟੈਂਡਸ ਮੁੜ ਤੋਂ ਖੁੱਲ੍ਹ ਗਏ ਹਨ ਅਤੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਲੱਗੇ ਹਨ। ਪਰ ਕੋਰੋਨਾ ਵਾਇਰਸ ਅਜੇ ਵੀ ਪੂਰੀ ਦੁਨੀਆ ਲਈ ਮੁਸੀਬਤ ਬਣਿਆ ਹੋਇਆ ਹੈ।